जी किस मकसद लेके आज अपने नगर कौंसल धरना दिता है जी? पहला तो जी मैं अरुण गिल प्रधान सफाई सेवक यूनियन नगर कौंसल जी ग्राउंड वालों एक पत्रकार भाईचारे का तह दिलों धन्यवाद करना जिहड़े साडी इह अज आवाज बुलंद करन लई साडे कोल पहुंचे आ इहनां दा असीं बहुत ही तह दिलों धन्यवाद करदे आ। ते इस दे नाल ही अज जो इह साडा धरना दित्ता गया अणमिथे समें लई इह बहुत ही ज़्यादा मजबूर हो के असीं अज इह कदम चक्किआ। असीं बहुत काफ़ी बार असीं जवानी अते लिखती साडे कार साधक अफसर साहिबान नाल ਅਸੀਂ ਬਹੁਤ ਵਾਰੀ ਸਾਡੇ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਜਿਹੜੀਆਂ ਜਿੱਥੇ ਲੋਕਲ ਲੈਵਲ 'ਤੇ ਹੀ ਈਓ ਸਾਹਿਬ ਸਾਹਿਬਾਨ ਦੇ ਹੱਥ ਦੇ ਵਿੱਚ ਹੀ ਨੇ ਜਿਹੜੀਆਂ ਪੂਰੀਆਂ ਹੋ ਸਕਦੀਆਂ, ਜਿਵੇਂ ਕਿ ਸਾਡਾ ਮੁਲਾਜ਼ਮਾਂ ਦਾ CPF ਵੱਧ ਕੱਟਿਆ ਗਿਆ, ਉਹਦਾ ਅਸੀਂ ਬਕਾਇਆ ਲੈਣ ਲਈ ਅਤੇ ਸਰਕਾਰ ਦੇ ਲੈਟਰ ਦੇ ਮੁਤਾਬਕ ਜੋ 14% ਇਹਨਾਂ ਨੇ ਗੌਰਮੈਂਟ ਸ਼ੇਅਰ ਪਾਉਣਾ ਸੀਗਾ ਉਹ ਸਾਡਾ ਘੱਟ ਪਾਇਆ, ਉਹਨੂੰ ਅਸੀਂ ਪੂਰਾ ਕਰਨ ਵਾਸਤੇ ਕਿਹਾ ਆ। ਅਤੇ ਮੁਹੱਲਾ ਸੈਨੀਟੇਸ਼ਨ ਕਮੇਟੀ ਅਧੀਨ ਜਿਹੜੇ 2400 ਰੁਪਏ ਪ੍ਰਤੀ ਮਹੀਨੇ 'ਤੇ ਕੰਮ ਕਰਦੇ ਆ ਉਹਨਾਂ ਦਾ DC ਰੇਟ ਉੱਪਰੋਂ ਡਾਇਰੈਕਟੋਰੇਟ ਸਥਾਨਕ ਸਰਕਾਰ ਵੱਲੋਂ ਇਹ ਮਤਾ ਪਾਸ ਹੋ ਕੇ ਆ ਚੁੱਕਾ ਆ, ਉਹਨੂੰ ਲਗਭਗ 6 ਮਹੀਨੇ ਦੇ ਨੇੜੇ ਤੇੜੇ ਹੋ ਚੁੱਕੇ ਆ, ਪਰ ਅੱਜ ਤੱਕ ਉਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਸਾਡੀ ਪਹਿਲ ਦੇ ਆਧਾਰ 'ਤੇ ਮੰਗ ਆ ਵੀ ਉਹਨਾਂ ਨੂੰ DC ਰੇਟ ਕੀਤਾ ਜਾਵੇ ਜਦੋਂ ਤੋਂ ਉਹਨਾਂ ਦਾ ਮਤਾ ਪਾਸ ਕੀਤਾ ਗਿਆ। ਅਤੇ ਨੰਬਰ 3 'ਤੇ ਸਾਡਾ ਜਿਹੜੇ ਨਗਰ ਕੌਂਸਲ ਦੇ ਅੰਦਰ 70 ਕਰਮਚਾਰੀ ਆ ਜਿਨ੍ਹਾਂ ਦਾ ਗ੍ਰੇਡ ਪੇ ਹੈਗਾ ਆ 1300 ਰੁਪਿਆ, 2011 ਤੋਂ ਸਰਕਾਰ ਵੱਲੋਂ 1300 ਤੋਂ ਵਧਾ ਕੇ 1650 ਰੁਪਏ ਕਰ ਦਿੱਤਾ ਗਿਆ ਸੀ, ਪਰ ਅੱਜ ਤੱਕ ਸਾਨੂੰ ਉਹ 1300 ਦੇ ਹਿਸਾਬ ਨਾਲ ਹੀ ਇੱਥੇ ਦਿੱਤਾ ਜਾ ਰਿਹਾ, ਜਿਹਦੀ ਅਸੀਂ ਸਰਕਾਰ ਦੀ ਚਿੱਠੀ ਵੀ ਅਸੀਂ ਇਹਨਾਂ ਨੂੰ ਅਕਾਊਂਟ ਬ੍ਰਾਂਚ ਦੇ ਵਿੱਚ ਦੇ ਚੁੱਕੇ ਹਾਂ, ਪਰ ਉਹਦੇ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਚਿੱਠੀ ਕਿਹੜੀ ਤਰੀਕ ਦੀ ਆਈ ਹੋਈ ਹੈ ਜੀ? ਇਹ 2011 ਤੋਂ ਗਜਟ ਨੋਟੀਫਿਕੇਸ਼ਨ ਹੋਇਆ ਸੀ ਔਰ ਡਾਇਰੈਕਟੋਰੇਟ ਦੇ ਵਿੱਚ 2012 ਦੇ ਵਿੱਚ ਸਾਡੀ ਤੁਹਾਡੇ ਕੋਲ ਚਿੱਠੀ ਦਿਖਾਈ ਹੈ ਸਾਨੂੰ, ਦੀ ਚਿੱਠੀ ਕਦੋਂ ਦੀ ਡੇਟ ਦੀ ਆਈ ਹੋਈ ਹੈ, ਕਿੰਨੇ ਮਹੀਨੇ ਪਹਿਲਾਂ ਹੀ ਆਈ ਹੋਈ ਹੈ? ਇਹ ਸਾਡੀ ਜਿਹੜੀ ਚਿੱਠੀ ਹੈਗੀ ਹੈ ਜੀ ਮਤਾ ਪਾਸ ਹੋ ਕੇ 3/9/2020 ਦਾ ਹੈ। ਤੇ 3/9/2020 ਤੋਂ ਲੈ ਕੇ ਹੁਣ ਤੱਕ ਕਾਰਵਾਈ ਕੋਈ ਨਹੀਂ ਹੋਈ? ਕੋਈ ਕਾਰਵਾਈ ਨਹੀਂ ਕੀਤੀ ਗਈ ਜੀ। ਅਸੀਂ ਬਹੁਤ ਵਾਰ ਤੇ ਇਸ ਮੁਤਾਬਕ ਨਗਰ ਕੌਂਸਲ ਦੇ ਕਿਹੜੇ ਕਿਹੜੇ ਯੋਸਾਬ ਨੂੰ ਮਿਲੇ ਸੀ? ਇਹ ਲਗਭਗ ਜ਼ਿਆਦਾਤਰ ਸਾਡੇ ਕੋਲ ਪਿਛਲੀ ਟਰਮ ਦੇ ਵਿੱਚ ਰੰਧਾਵਾ ਸਾਹਿਬ ਰਹੇ ਨੇ, ਉਹਨਾਂ ਦੀ ਟਰਮ ਦੇ ਵਿੱਚ ਹੀ ਇਹ ਜ਼ਿਆਦਾ ਸਾਡੀ ਗੱਲਬਾਤ ਹੋਈ ਆ। ਉਸ ਤੋਂ ਬਾਅਦ ਹੁਣ ਸਾਡੇ ਈਓ ਸਾਹਿਬ ਸਰ ਜਿਹੜੇ ਮੌਜੂਦਾ ਈਓ ਨਗਰ ਕੌਂਸਲ ਦੇ ਕੀ ਕਹਿੰਦੇ ਜੀ ਇਸ ਬਾਰੇ? ਨਾਲ ਵੀ ਆਹੀ ਉਹ ਬਸ ਸਾਡੀ ਇਹ ਚੱਲਦੀ ਪਈ ਹੈ ਜੀ, ਗੱਲਬਾਤ ਕਰਦੇ ਹਾਂ। ਅਸੀਂ ਬਹੁਤ ਜ਼ਿਆਦਾ ਮਜਬੂਰ ਹੋ ਕੇ ਹੁਣ ਅਸੀਂ ਇਹ ਕਦਮ ਚੱਕਿਆ, ਜਿਹੜਾ ਜਿੰਨੀ ਦੇਰ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਉੰਨੀ ਦੇਰ ਤੱਕ ਸਾਡਾ ਇਹ ਕੰਮ ਇਸੇ ਤਰ੍ਹਾਂ। ਕੀ ਆਸ਼ਵਾਸਨ ਦਿੱਤਾ ਜੀ ਉਹਨੇ ਜੀ? ਫਿਲਹਾਲ ਤਾਂ ਕੋਈ ਆਸ਼ਵਾਸਨ ਨਹੀਂ ਦਿੱਤਾ ਜੀ, ਉਹ ਤਾਂ ਬਸ ਕਹਿ ਰਹੇ ਨੇ ਵੀ ਤੁਹਾਡਾ ਕੰਮ ਹੋ ਜੂਗਾ। ਅਸੀਂ ਇਹਨਾਂ ਨੂੰ ਇਹ ਗੱਲ ਕਹੀ ਆ ਵੀ ਸਾਨੂੰ ਕੁਛ ਦਿਓ, ਰਿਟਨ ਦੇ ਵਿੱਚ ਦਿਓ ਲਿਖ ਕੇ ਵੀ ਸਾਡਾ ਤੁਹਾਡਾ ਕੰਮ ਆਹ ਡੇਟ ਨੂੰ ਤੁਹਾਡਾ ਫਾਈਨਲ ਹੋ ਜੂਗਾ, ਤਾਂ ਅਸੀਂ ਇਹਨਾਂ ਨਾਲ ਅਗਰੀ ਹੋਵਾਂਗੇ, ਨਹੀਂ ਅਦਰਵਾਈਜ਼ ਕੋਈ ਸਾਡਾ ਸਮਝੌਤਾ ਨਹੀਂ ਹੈਗਾ ਇਹਨਾਂ ਨਾਲ। ਆਹ ਸਾਡੇ ਸੀਵਰੇਜ ਮਹਿਕਮੇ ਦੇ ਪ੍ਰਧਾਨ ਜੀ ਨੇ ਇਹ ਵੀ ਦੱਸਣਗੇ ਆਪਣੀਆਂ ਕੁਛ ਡਿਮਾਂਡ। ਜਿਹੜੇ ਨਗਰ ਕੌਂਸਲ ਤੁਸੀਂ ਅੱਜ ਬੈਠੇ ਹੋ ਧਰਨੇ 'ਚ, ਸਫਾਈ ਸੇਵਕ ਹੈ ਕਿ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਹੋਰ ਮੁਲਾਜ਼ਮ ਵੀ? ਕੌਂਸਲ ਜਗਰਾਉਂ ਦਾ ਸਮੂਹ ਸਟਾਫ, ਕਲੈਰੀਕਲ ਸਟਾਫ, ਬਿਜਲੀ ਬੋਰਡ, ਵਾਟਰ ਸਪਲਾਈ ਸੀਵਰਮੈਨ, ਸਾਰੇ ਸਫਾਈ ਕਰਮਚਾਰੀ ਜਿੰਨੇ ਵੀ ਆ ਸਾਰਾ ਸਮੂਹ ਸਟਾਫ ਸਾਡੇ ਨਾਲ ਇੱਥੇ ਇਸ ਧਰਨੇ ਦੇ ਵਿੱਚ ਐਗਰੀ ਹੋ ਕੇ ਬੈਠੇ। ਇਹ ਧਰਨਾ ਅਣਮਿੱਥੇ ਸਮੇਂ ਲਈ ਹੈ? ਅਣਮਿੱਥੇ ਸਮੇਂ। ਹਾਂਜੀ, ਕੀ ਨਾਂ ਜੀ? ਮੇਰਾ ਨਾਂ ਗਵਰਧਨ ਜੀ। ਨਗਰ ਕੌਂਸਲ 'ਚ ਬਤੌਰ ਤੁਸੀਂ? ਮੈਂ ਸਫਾਈ ਸੇਵਕ ਹਾਂ, ਸਫਾਈ ਸੇਵਕ ਯੂਨੀਅਨ ਦਾ ਪ੍ਰਧਾਨ ਵੀ ਹਾਂ, ਪੰਜਾਬ ਮਿਊਨਸੀਪਲ ਵਰਕਰ ਯੂਨੀਅਨ ਨਾਲ ਅਟੈਚ ਹਾਂ ਮੈਂ। ਅੱਜ ਤੁਸੀਂ ਧਰਨਾ ਲਗਾਇਆ ਹੋਇਆ ਵਾ? ਧਰਨਾ ਲਾਇਆ ਮੁਲਾਜ਼ਮਾਂ ਪ੍ਰਤੀ, ਸਾਡੀ ਕੁਛ ਮੰਗਾਂ ਹੈਗੀਆਂ ਈਓ ਸਾਹਿਬ ਹੱਲ ਕਰ ਸਕਦੇ ਆ ਐਟ ਸਪੋਰਟ ਇੱਥੇ। ਇਹ ਤੁਸੀਂ ਕਿਵੇਂ ਕਹਿੰਦੇ ਹੋ ਵੀ ਈਓ ਸਾਹਿਬ ਹੱਲ ਕਰ ਸਕਦੇ? ਕਰ ਸਕਦੇ, ਕੋਈ ਸਾਡੀ ਛੋਟੀ ਛੋਟੀ ਮੰਗਾਂ ਨੇ। ਠੀਕ ਹੈ, ਫਿਰ ਹੱਲ ਕਰਦੇ ਕਿਉਂ ਨਹੀਂ? ਇੱਕ ਸਾਡੀ ਮੈਡਮ ਹੈ ਸਭ ਤੋਂ ਗੰਦੀ ਇੱਥੇ, ਜਿਹੜਾ ਗੰਦ ਪਾਇਆ ਹੋਇਆ। ਕੀ ਨਾਮ ਹੈ ਜੀ ਮੈਡਮ ਦਾ? ਨਿਸ਼ਾ ਮੈਡਮ। ਉਹਨੇ ਕੀ ਗੰਦ ਪਾਇਆ ਹੋਇਆ ਜੀ? ਬਹੁਤ ਵੱਡਾ ਪਾਇਆ, ਕਿਸੇ ਕੰਮ ਹੀ ਨਹੀਂ ਕਰਦੀ ਮੁਲਾਜ਼ਮ ਦਾ। ਕਿਹੜੇ ਅਹੁਦੇ ਤੇ ਹੈ ਜੀ ਉਹ ਮੈਡਮ? ਅਕਾਊਂਟੈਂਟ। ਅਕਾਊਂਟੈਂਟ। ਇਸ ਬਾਬਤ ਕਿਸੇ ਨੂੰ ਮਿਲੇ SDM ਸਾਹਿਬ ਨੂੰ ਜਾਂ ਉੱਚ ਅਧਿਕਾਰੀ ਨੂੰ ਗੱਲਬਾਤ ਕੀਤੀ? ਮਿਲਣਾ ਕਿ ਇੱਥੇ ਈਓ ਸਾਹਿਬ ਨੂੰ ਮਿਲਣਾ, ਤਾਂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹੁੰਦੇ ਸੀ, ਉਹਨਾਂ ਨੂੰ ਮਿਲੀਦਾ ਵਾ, ਕਲਿਆਣ ਸਾਹਿਬ। ਚਲੋ ਉਹ ਤਾਂ ਪਹਿਲਾਂ ਹੁੰਦੇ ਸੀ, ਹੁਣ ਮਿਲੇ ਕੋਈ? ਹੁਣ ਜਿਹੜੇ ਪ੍ਰਧਾਨ ਬੈਠੇ ਨੇ ਉਹਨਾਂ ਨੂੰ ਦੁੱਖ ਤਕਲੀਫ ਦੱਸਾਂਗੇ। ਅਜਿਹਾ ਖੁਸ਼ੀ ਮਨਾਉਣਾ ਸਾਡੇ ਰਾਣਾ ਸਾਹਿਬ ਆਉਣ ਪ੍ਰਧਾਨ ਬਣ ਕੇ, ਉਹਨਾਂ ਮੂਹਰੇ ਬੇਨਤੀ ਕਰਾਂਗੇ ਕਿ ਸਾਡੇ ਮਸਲੇ ਹੱਲ ਕਰਨ। ਹੁਣ ਈਓ ਸਾਹਿਬ ਨਾਲ ਕੋਈ ਬਾਬਤ ਗੱਲਬਾਤ ਹੋਈ ਅੱਜ ਧਰਨੇ ਬਾਬਤ? ਹੁਣੀ 10 ਮਿੰਟ ਪਹਿਲਾਂ, ਅੱਧੇ ਘੰਟੇ ਪਹਿਲਾਂ ਮਿਲ ਕੇ ਆਏ ਈਓ ਸਾਹਿਬ ਨੂੰ, ਤੇ ਸਾਡੇ ਮਸਲੇ ਕੁਛ ਹੈਗੇ ਆ, ਇੱਥੇ ਬੈਠਣ ਵਾਲੇ ਹੱਲ ਹੋ ਜਾਣਗੇ, ਜਿਹੜੇ ਚੰਡੀਗੜ੍ਹ ਦੇ ਉਹ ਬਾਅਦ ਦੀ ਗੱਲਾਂ ਨੇ, ਜਿਹੜੇ ਛੋਟੇ ਛੋਟੇ ਕੰਮ ਇੱਥੇ ਕਰ ਸਕਦੇ ਈਓ ਸਾਹਿਬ ਵੀ ਕਰ ਸਕਦੇ। ਫਿਰ ਧਰਨਾ ਕਿਉਂ ਲਗਾਇਆ ਹੱਲ ਨਹੀਂ ਕਰਦੇ?
अच्छा लिख लिख के हम गए मजबूर हो के बहना पिया वे एहसास कराओ भी उन्होंने पावर की है क्यों नहीं एहसास करा के उठा गए जी हम धरना बस फोके एहसास करा के उठा गए जो तक लिखती रूप सानू देगा नहीं अस उठना नहीं मैं लखवीर सीवरेज यूनियन प्रधान जो कि नगर कौंसल जगरों में काम कर रहे हैं कच्चे मुलाजम ने क्योंकि एक साढ़े इतने 1984 या 1991 एक बार भर्ती हुई सीवरमैना की उस तो मुड़ के इन्होंने कोई भर्ती नहीं की सिर्फ पक्के जो मुलाजम ने तीन ने बाकी 30 मुलाजम साढ़े कच्चे मुलाजम जो कि काम कर रहे हैं हजे तक इन्होंने जो कि अपने शहर के काफ़ी बीमारियां जिम्मे कोरोना दिया कुछ भी बीमारियां आ रही हैं बेचारे उस बीमारी के भी हर वक्त काम करते हैं काम करते हैं सेवा करते आ रहे हैं हजे तक भी क्योंकि इन्हों हजे तक बाजार में कोई भर्ती नहीं कोई पक्का नहीं किया गया गा साधा विश्वास है कि एक इन्हों ठेके का सिस्टम खत्म किया जाए तो सीधी भर्ती नगर कौंसल वाली की जाए क्योंकि हजे तक इन्हों जो कि सैलरिया के भी काफ़ी कटवट की जाती है साड़ी यही शर्त है कि जो कटवट इन्हों की सैलरी में की जाती है वो प्रॉपर सही ढंग तरीके सैलरी दी जाए साड़ी यही विश्वास है जिन्ना चर सा शर्त नहीं मंजूर की उन्ना चर असं अणमिथे हड़ताल बैठे हैं बैठे रहेंगे अभी ईओ साहब मिले जी इस टाइम तो ईओ साहब ने हजे तक सू कुछ भी नहीं दिता गया जिस सू किया गया वा भी हाँ भी थोड़ा हल कर देंगे पर सू कोई रिटर्न नहीं लिखी दिता गया जी एस डी एम साहब को गए मंग लेके नहीं हजे फिलहाल सर एस डी एम ईओ साहब ने की एस डी एम साहब ने की पर हजे ईओ साहब नहीं मिले कुछ संतोषजनक जवाब दता ईओ साहब ने नहीं सर हजे कुछ नहीं दिता ईओ साहब सफाई सेवकों ने धरना दिता नगर कौंसल उस बारे की कहना चाहोगे उन्होंने मंगा लैके वो कहते मंगा साड़ियाँ काफ़ी देर तो मनिया नहीं जा रही असी अनिश्चित काल की हड़ताल की है बिच सफाई सेवक आ बिच वर्कर नगर कौंसल के होर भी है की कहना चाहोगे इस बारे इन्हों की सारी मंगा लिए इन्होंने भरोसा दे दिता है भी विद इन फोर्टनाइट थोड़ी यह सारा काम करवा दिता जाएगा बाकी यह कहने हमने करवाने वास्ते हमने अकाउंटेंट साहब साढ़े जेडे ट्रेनिंग पर गए हैं दो दिन की जिस टाइम आ जाने इन्हों की मंगा पर काम करवा शुरू कर दिया जाए इन्हों की मंगा खास आ जो कह रहे भी हमने करवा किस मंगा खास लगे मंगा कोई ज्यादा खास नहीं है पांच सौ बंद चार सौ चौदह की एप्लीकेशन के कुछ इन्होंने एनपीएस खाते के पेमेंट इन्हों की ज्यादा कटी है पी एफ की अमाउंट जो थोड़ी जी ज्यादा कटी है वो वापसी की मांग कर रहे हैं वो इन्हों का एरियर बन चुके हैं अकाउंटेंट आ जाए क्लीयर करवा रहे हैं एक कहते उपरों हाईकमान तो 26-10 लैटर पास होकर आया सर मंगा का अभी तक कार्रवाई नहीं हुई की कहना चाहोगे इस बारे अपनी नॉलेज कुछ नहीं वो इस तरह सर भी इन्होंने जेडे महला स्कीम अधीन सके कर्मचारी से उन्होंने डीसी रेट से करना पे सर वो वास्ते असी सारे कर्मचारी जेडे भी साढ़े होर कर्मचारियों का भी टेंडर लगन वाले हैं असी सारे का इकट्ठा टेंडर लगा रहे आउटसोर्सिंग राही रखने वास्ते ओके थैंक यू।